ਅੱਜ ਜ਼ਿਲ੍ਹਾ ਗੁਰਦਾਸਪੁਰ ਦੀਆਂ ਕਿਸਾਨ ਜਥੇਬੰਦੀਆਂ ਨੇ ਵਿਧਾਇਕ ਬਰਿੰਦਰ ਮੀਤ ਸਿੰਘ ਪਾੜੇ ਦੇ ਘਰ ਦੇ ਬਾਹਰ ਲਗਾਇਆ ਧਰਨਾ। ਰਿਪੋਰਟਰ ਜਗਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ, ਮਸਕਾ ਚਸਕਾ ਟਾਈਮ, ਗੁਰਦਾਸਪੁਰ। ਕਰਵਾਲੀ ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਸੋਨੇ ਦੀ ਖਰੀਦ ਲੇਟ ਸ਼ੁਰੂ ਕਰਨ ਵਾਲੀ ਕੇਂਦਰ ਸਰਕਾਰ ਮੁਰਦਾਬਾਦ, ਮੁਰਦਾਬਾਦ, ਮੁਰਦਾਬਾਦ। ਪੰਜਾਬ ਸਰਕਾਰ ਮੁਰਦਾਬਾਦ, ਮੁਰਦਾਬਾਦ। ਅਸੀਂ ਇਸ ਕਰਕੇ ਘਰਾਓ ਕਰ ਰਹੇ ਹਾਂ ਭਈ ਕੇਂਦਰ ਸਰਕਾਰ ਨੇ ਝੋਨੇ ਦੀ ਖਰੀਦ, ਝੋਨੇ ਪੱਕੇ ਹੋਏ ਨੇ ਮੰਡੀਆਂ 'ਚ, ਕਿਸਾਨਾਂ ਨੂੰ ਖਰਾਬ ਕੀਤਾ ਜਾ ਰਿਹਾ ਵਾ। ਅਤੇ ਝੋਨੇ ਦੀ ਖਰੀਦ ਪਹਿਲੀ ਤੋਂ ਜਿਹੜੀ ਸ਼ੁਰੂ ਕਰਨੀ ਸੀ ਉਹ 11 ਤਰੀਕ 'ਤੇ ਲੈ ਗਿਆ, 10 ਦਿਨ ਪਿੱਛੇ ਪਾ ਦਿੱਤੀ ਆ। ਇਹ ਜਾਣ ਬੁੱਝ ਕੇ ਕਿਸਾਨਾਂ ਕੋਲੋਂ ਬਦਲਾ ਲੁਭਾਉਣ ਨਾਲ ਕੀਤਾ ਜਾ ਰਿਹਾ ਵਾ। ਅਸੀਂ ਬੇਸ਼ੱਕ ਇਹ ਸਰਕਾਰ ਦਾ ਕਸੂਰ ਇੰਨਾ ਨਹੀਂ ਗਾ ਕੇਂਦਰ ਪੰਜਾਬ ਸਰਕਾਰ ਦਾ, ਪਰ ਪੰਜਾਬ ਸਰਕਾਰ ਲੜੇ ਕਿਉਂ ਨਾ ਉੱਥੇ ਜਾ ਕੇ? ਅਸੀਂ ਜਿਹੜੀ ਤਤਕਾਲੀ ਸਰਕਾਰ ਉਹਦੇ ਖਿਲਾਫ਼ ਉਹਨੂੰ ਕਹਿਣਾ ਸਾਡੇ ਮਸਲੇ ਇਹ ਹੱਲ ਕਰੇ। ਜਿੱਦਾਂ ਅਸੀਂ ਇਹਨਾਂ ਦੇ ਘਰਾਂ ਗੜੀ ਬੈਠੇ ਹਾਂ, ਇਹ ਜਾ ਕੇ ਮੋਦੀ ਦੇ ਘਰ ਗੜੀ ਬਹਿਣ, ਸਾਰੇ MLA ਉੱਥੇ ਪਹੁੰਚਣ, ਦਿੱਲੀ ਪਹੁੰਚਣ, ਇਹ ਕਿਉਂ ਨਾ ਲੜਨ ਸਾਡੇ ਪੰਜਾਬ ਦੇ, ਸਾਡੇ ਕਿਸਾਨਾਂ ਦੇ ਮਸਲੇ ਤਾਂ ਇੰਨਾ ਹੀ ਹੱਲ ਕਰਨੇ ਆ। ਇਸ ਕਰਕੇ ਅਸੀਂ ਕਹਿੰਦੇ ਹਾਂ ਵੀ ਇਹਨਾਂ ਨੂੰ ਫੌਰੀ ਤੌਰ ਦੇ ਉੱਤੇ ਦਿੱਲੀ ਪਹੁੰਚਣਾ ਚਾਹੀਦਾ ਸਾਰੇ MLA ਨੂੰ, ਅਤੇ ਇਹ ਖਰੀਦ ਜਿਹੜੀ ਸ਼ੁਰੂ ਕਰਾਉਣੀ ਚਾਹੀਦੀ ਆ। ਸਾਡੇ ਨਾਲ ਬਹੁਤ ਧੱਕਾ ਵਾ ਇਹ ਕਿਸਾਨਾਂ ਨੂੰ ਖਰਾਬ ਕਰਨਾ। ਪਹਿਲਾਂ ਸ਼ਰਤਾਂ ਬੜੀਆਂ ਕਮੀਣੀਆਂ ਲਾ ਦਿੱਤੀਆਂ ਨੇ ਕਿ ਸਿਹਤ ਜਿਹੜੀ ਆ ਜ਼ਿਆਦਾ ਘਟਾਤੀ ਆ, ਜੇ ਸਿਹਤ ਬਹੁਤ ਘੱਟ ਹੋਊਗੀ ਤਾਂ ਤਾਂ ਖਰੀਦਣੇ ਤਾਂ ਨਹੀਂ ਖਰੀਦਣੇ, ਹੋਰ ਸਾਡੇ 'ਤੇ ਸ਼ਰਤਾਂ ਲਾ ਦਿੱਤੀਆਂ, ਅਸੀਂ ਸਹਿਮ ਨਹੀਂ ਕਰਦੇ, ਲੜਾਂਗੇ ਅਸੀਂ ਇਸ ਗੱਲ ਦੇ ਖਿਲਾਫ਼। ਇਸ ਕਰਕੇ ਅਸੀਂ ਧਰਨਾ 'ਤੇ ਦੇ ਰਹੇ ਹਾਂ। ਕੇਂਦਰ ਕਹਿ ਰਹੀ ਹੈ ਸਰਕਾਰ ਝੂਠ, 70 ਸਾਲ ਹੋ ਗਏ ਦੇਸ਼ ਦੀ ਆਜ਼ਾਦੀ ਨੂੰ, ਅੱਜ ਤੱਕ ਝੋਨਾ ਜਿਹੜਾ ਪਹਿਲੀ ਤੋਂ ਬਾਅਦ ਕਦੀ ਪਹਿਲੀ ਤੋਂ ਸ਼ੁਰੂ ਨਾ ਰਿਹਾ ਖਰੀਦਣਾ, ਇਸ ਵਾਰੀ ਇੰਨਾ ਕਰਨਾ ਸੀ ਇਹਨਾਂ ਨੇ, ਇਸ ਵਾਰੀ ਕੋਈ ਜ਼ਿਆਦਾ ਖਰੀ ਹੋ ਗਈ ਹੈ ਸੇਲ, ਇਹ ਕਿਉਂ ਸੇਲ ਹੈਗੀ ਤਾਂ ਕਿਸਾਨ ਕੀ ਕਰਨ, ਕਿਸਾਨ ਕਿੱਥੇ ਜਾਣ, ਕਿੱਦਾਂ ਸੁਕਾ ਲੈਣ ਝੋਨੇ ਨੂੰ? ਇਸ ਕਰਕੇ ਸਾਡਾ ਜਿਹੜਾ ਝੋਨਾ ਪੱਕਦਾ ਵਾ, ਜੇ ਅਸੀਂ ਇਕੱਠਾ ਕਰਕੇ ਰੱਖ ਹੀ ਨਹੀਂ ਸਕਦੇ, ਸਾਡੇ ਕੋਲ ਸਟਾਕ ਕਰਨ ਵਾਸਤੇ, ਸਟੋਰ ਕਰਨ ਲਈ ਸਾਡੇ ਕੋਲ ਸਾਧਨ ਹੀ ਹੈ ਨਹੀਂ ਗੇ, ਇਹ ਤਾਂ ਫੌਰੀ ਤੌਰ ਦੇ ਉੱਤੇ ਸਰਕਾਰ ਖਰੀਦੇ, ਆਪ ਸੁਕਾ ਲਏ, ਜੋ ਮਰਜ਼ੀ ਕਰੇ, ਜਾ ਕੇ ਪ੍ਰਬੰਧ ਕਰੇ ਸਾਰੇ, ਕਿਸਾਨਾਂ ਦਾ ਇੰਨਾ ਥੋੜ੍ਹਾ ਪ੍ਰਬੰਧ ਵਾ ਕਿਤੇ। ਜੇਕਰ ਨਹੀਂ ਖਰੀਦ ਸ਼ੁਰੂ ਕੀਤੀ ਅਗਲਾ ਸੰਘਰਸ਼, ਫਿਰ ਲੜਾਂਗੇ, ਅਗਲਾ ਹੋਰ ਲੜਾਂਗੇ, ਵੱਧ ਤੋਂ ਵੱਧ ਘਿਰਾਓ ਕਰਾਂਗੇ, ਪੂਰੇ ਭੜਥੂ ਪਾਵਾਂਗੇ ਸਾਰੇ ਪੰਜਾਬ ਹਿੰਦੁਸਤਾਨ 'ਚ, ਫਿਰ ਉੱਥੇ ਵੀ ਕਰਾਂਗੇ ਪ੍ਰਬੰਧ ਸਾਰੇ। ਇਹ ਧਰਨਾ ਹਾਲੀ ਫਿਲਹਾਲ ਸਾਡੇ ਤਾਂ ਅਸੀਂ ਅੱਜ ਵਾ, ਕੱਲ੍ਹ ਵੀ ਰੱਖਾਂਗੇ, ਮੁੜ ਕੇ ਜੇ ਲੋੜ ਪਈ ਤਾਂ ਫਿਰ ਇੱਥੇ ਜਾਂ DC ਦਫ਼ਤਰਾਂ ਦੇ, ਜਿੱਦਾਂ ਸਾਨੂੰ ਤੋਂ ਆਦੇਸ਼ ਆਊ ਉਹਦੇ ਮੁਤਾਬਕ ਕੀਤਾ ਜਾਵੇਗਾ।